ਪਿੰਡ ਭਾਗੋਵਾਲ ਪੁਲਿਸ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿਤੀ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸਵਰਗੀ ਬਲਵਿੰਦਰ ਸਿੰਘ ਉਮਰ ਕਰੀਬ 21-22 ਸਾਲ ਨੇ ਰਾਤ ਨੂੰ ਆਪਣੇ ਘਰ ਵਿੱਚ ਲੱਗੇ ਪੱਖੇ ਨਾਲ ਰੱਸੀ ਬੰਨ੍ਹ ਕੇ ਗਲ ਵਿੱਚ ਫਾਹਾ ਪਾ ਕੇ ਆਤਮ ਹੱਤਿਆ ਕਰ ਲਈ। ਮੌਕੇ 'ਤੇ ਪਹੁੰਚੇ ਥਾਣਾ ਬੁੱਲੋਵਾਲ ਦੇ ਸਬ ਇੰਸਪੈਕਟਰ ਸਰਦਾਰ ਕਮਲਜੀਤ ਸਿੰਘ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਸ਼ਾਮ ਕਰੀਬ 4 ਵਜੇ ਲਾਸ਼ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਅਜੇ ਤੱਕ ਆਤਮ ਹੱਤਿਆ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਪਰਿਵਾਰ ਬਹੁਤ ਸਦਮੇ ਵਿੱਚ ਹੋਣ ਕਰਕੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕਰ ਸਕਿਆ। ਪੰਜਾਬ ਨਿਊਜ਼ ਚੈਨਲ ਲਈ ਭੁਪਿੰਦਰ ਸਿੰਘ ਅਤੇ ਵਿਕਰਮ ਸਿੰਘ ਢਿੱਲੋਂ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਜੋ ਪਿੰਡ ਭਾਗੋਵਾਲ 22 ਸਾਲਾਂ ਲੜਕੇ ਨੇ ਆਤਮ ਹੱਤਿਆ ਕੀਤੀ ਹੈ ਫਾਹਾ ਲੈ ਕੇ, ਇਹ ਕੀ ਮਸਲਾ ਜੀ? ਤੁਸੀਂ ਮਾਤਾ ਦੇ ਬਿਆਨ 'ਤੇ ਸਹਿਮਤ ਨਹੀਂ ਕਰ ਰਹੇ ਜੀ? 74 ਦੀ ਜੀ ਮਾਤਾ ਉਹਦੀ ਨੇ ਆਪਣੇ ਬਿਆਨ ਵਿੱਚ ਲਿਖਾਇਆ ਸੀ ਕਿ ਉਹਦਾ ਬੇਟਾ ਜਿਹੜਾ ਰਾਤ ਲੇਟ ਆਇਆ ਘਰ, ਬੋਲਬਲਾਲਾ ਕੀਤਾ ਸੀ, ਉਹ ਆਪਣੇ ਅੰਦਰ ਗਿਆ ਤਾਂ ਉਹਨੇ ਪੱਖੇ ਨਾਲ ਪੜਦਾ ਲਾ ਕੇ ਮਕਾਨ ਦਾ ਕਮਰੇ 'ਚ ਲੱਗਾ ਹੋਇਆ, ਉਹਦੇ ਨਾਲ ਪੱਖੇ ਨਾਲ ਫਾਹਾ ਲੈ ਗਿਆ ਜੀ। ਜਿਹਨਾਂ ਉਹਦੀ ਲੜਕੀ ਸੀ ਪਹਿਲਾਂ ਉਹ ਆਪਾਂ ਲੈ ਕੇ ਜਿਹੜਾ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਉਹਨਾਂ ਨੇ ਗੱਲ ਕੀਤੀ, ਮੌਕੇ 'ਤੇ ਰਾਤ ਪੁੱਜੇ ਸੀ ਉਹਦੀ ਜਲਦੀ ਬੋਲਦੀ ਉਹਨਾਂ ਸਿਵਲ ਹਸਪਤਾਲ ਕਹਿੰਦੇ ਰਾਤ ਉਹਦੇ ਪਾਸ ਜਿਹੜੇ ਸਭ ਨੇ ਫੋਨ ਕਰਕੇ ਬਿਆਨ ਨਹੀਂ ਸੀ ਦਿੱਤਾ, ਸਵੇਰੇ ਉਹਦੀ ਮਾਤਾ ਦੇ ਬਿਆਨ 'ਤੇ 174 ਦੀ ਕਾਰਵਾਈ ਕੀਤੀ। ਸਰ, 174 ਦੀ ਜਿਹੜੀ ਕਾਰਵਾਈ ਤੁਸੀਂ ਕੀਤੀ ਹੈ, ਇਹਦਾ ਕਾਰਵਾਈ ਜਿਹੜੀ ਹੁੰਦੀ ਆ ਕਿ ਇਹ ਤਾਂ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜਾਂ ਮਤਲਬ ਕਿ ਗੱਡੀ ਥੱਲੇ ਕੋਈ ਬੰਦਾ ਆ ਗਿਆ, ਇਸ ਦੇ ਤਹਿਤ ਕੀਤੀ ਜਾਂਦੀ ਆ, ਕੀ ਕਹਿਣਾ ਤੁਹਾਡਾ? ਨਹੀਂ ਜੀ, ਇੱਦਾਂ ਨਹੀਂ ਹੁੰਦਾ। ਜਿਹੜਾ ਸਾਹਿਬ ਮੌਤ ਹੈ ਅਚਾਨਕ ਜਿਹਦੇ ਵਿੱਚ ਕਿਸੇ ਕੋਈ ਕਸੂਰ ਨਹੀਂ ਲੱਗਦਾ ਉਹਨਾਂ ਨੂੰ ਘਰ ਦਿਆਂ ਜੀ, ਕਿਸੇ ਵੀ ਵਾਰਸਾਂ ਨੂੰ ਉਹਦੇ ਵਿੱਚ ਕੀਤੀ ਜਾਂਦੀ ਸੀ। ਔਰ ਪੰਚਾਇਤ ਜਿਹੜੀ ਪਿੰਡ ਦੀ ਹੈ ਉਹਦੇ ਸੰਬੰਧ ਵਿੱਚ ਮਤਲਬ ਤੁਸੀਂ ਉਹਨਾਂ ਨਾਲ ਕੋਈ ਗੱਲ ਕੀਤੀ, ਕੋਈ ਕਾਰਨ ਪਤਾ ਲੱਗਾ ਤੁਹਾਨੂੰ ਇਨਵੈਸਟੀਗੇਸ਼ਨ ਕਰਨ ਦੌਰਾਨ? ਹਾਲੇ ਤੱਕ ਕੋਈ ਕਾਰਨ ਪਤਾ ਲੱਗਾ, ਜੇ ਕੋਈ ਕਾਰਨ ਪਤਾ ਲੱਗਾ ਤਾਂ ਜੋ ਮਰਜ਼ੀ ਕਰਦੀ ਤੁਹਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਯੋਗ ਕਾਰਵਾਈ ਕੀਤੀ ਜਾਏਗੀ? ਜੇ ਕੋਈ ਸਾਹਮਣੇ ਕੋਈ ਤੱਥ ਆਏ ਉੱਦਾਂ ਦੇ ਇਹਦੀ ਮੌਤ ਦਾ ਕਾਰਨ ਕੋਈ ਹੋ ਰਿਹਾ, ਫਿਰ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਪਰਿਵਾਰ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਗੁਰਸ਼ਰਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਉਹਦੇ ਲੜਕੇ ਦਾ ਸ਼ਾਇਦ ਨਾਮ ਮੈਨੂੰ ਵਿਸਰ ਗਿਆ, ਇਹਨਾਂ ਦਾ ਝਗੜਾ ਹੋਇਆ ਉੱਥੇ, ਸੀਕਰੀ ਵੀ ਹੋਇਆ, ਉਸ ਤੋਂ ਬਾਅਦ ਘਰ ਵੀ ਆ ਕੇ ਇਹ ਕੁੱਟਣ ਆਏ ਸੀ ਰਾਤ 9 ਵਜੇ। ਉਹਦੇ ਬਾਰੇ 'ਚ ਤੁਹਾਡਾ ਕੀ ਕਹਿਣਾ? ਸਾਨੂੰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਜੀ, ਜੀ ਸਾਨੂੰ ਤਾਂ ਵੈਰੀਫਾਈ ਕਰਨ ਦੇ ਪਤਾ ਲੱਗਿਆ ਮੂਲ ਹੀ ਤਕਰਾਰ ਹੋਇਆ ਜੀ, ਠੇਕੇ ਦੇ ਸ਼ਰਾਬ ਪੀਂਦੇ ਸੀ, ਉਸ ਤੋਂ ਬਾਅਦ ਇਹਨਾਂ ਨੇ ਉਹੀ ਮੁੰਡੇ ਦਾ ਡਰੈਕਟ ਜਿਹਾ ਕਰਦੇ ਜਿਹੜਾ ਦਾ ਫਰੈਂਡ ਸੀ ਉਹਦੇ ਦੋਸਤ ਇਹਨਾਂ ਨੂੰ ਘਰ ਲਿਆ, ਇਹਨੂੰ ਘਰ ਲਿਆਉਣ ਦਾ ਉਹਨਾਂ ਨੇ ਜੀ ਪੋਸਟਮਾਰਟਮ ਰੌਲਾ ਪਾਇਆ। ਪੋਸਟਮਾਰਟਮ ਦੀ ਕੀ ਰਿਪੋਰਟ ਆਈ ਹੈ ਜੀ? ਉਹਦੇ ਪੋਸਟਮਾਰਟਮ ਰਿਪੋਰਟ ਨਹੀਂ ਮਿਲੀ, ਉਹ ਤਾਂ ਐਂ ਨਹੀਂ ਜੀ ਜੀ ਫਾਹਾ ਲੈਣ ਵਾਲੀ। ਹੁਣ ਅਗਲੀ ਕਾਰਵਾਈ ਪੁਲਿਸ ਵੱਲੋਂ ਕੀ ਕੀਤੀ ਜਾਊਗੀ? ਪੰਜਾਬ ਨਿਊਜ਼ ਚੈਨਲ ਤੋਂ ਭੁਪਿੰਦਰ ਸਿੰਘ ਤੇ ਵਿਕਰਮ ਸਿੰਘ ਢਿੱਲੋਂ ਦੀ ਵਿਸ਼ੇਸ਼ ਰਿਪੋਰਟ।